लॉकडाउन के पहले दिन से 1500 असहायों के लिए लंगर बांटते मेरा बचपन संस्था। दोस्तों, बचपन शब्द के प्रयोग के साथ ही जहन में मासूमियत, प्यार, सहयोग जैसी भावनाओं का ख्याल आने लगता है। कोविड-19 के इस संकट में भी शहर की मेरा बचपन संस्था इसी भावना का प्रतिरूप बनकर सामने आई है। संस्था के प्रधान रजत शर्मा अपनी टीम के साथ लॉकडाउन के पहले दिन से हर रोज शहर के 1500-2000 लोगों को खाना वितरित कर रहे हैं। अच्छी बात ये है कि सभी टीम मेंबर्स स्वयं खाना बनाते हुए शहर के विभिन्न भागों में सोशल डिस्टेंसिंग को अपना जरूरतमंदों को खाद्य सामग्री उपलब्ध करवा रहे हैं। आइए बात करते हैं मेरा बचपन के रजत शर्मा जी से। रिकॉर्डिंग डेली हितैषी वेख रहे सारे दर्शकों नु अलका वलो प्यार भरी सत श्री अकाल। दोस्तों, आज साडे नाल जुड़ चुके ने मेरा बचपन फाउंडेशन NGO तो प्रेजिडेंट रजत शर्मा जी। नमस्कार सर। नमस्कार मैम। ਸਰ ਕਿਵੇਂ ਫੀਲ ਕਰ ਰਹੇ ਹੋ ਤੁਸੀਂ ਜਿਵੇਂ ਕਿ ਹੁਣ 2 ਹਫ਼ਤੇ ਲਈ ਲੋਕਡਾਊਨ ਹੋਰ ਵਧਾ ਦਿੱਤਾ ਗਿਆ ਹੈ? ਹਾਂਜੀ ਠੀਕ ਹੈ ਜੀ। ਸਾਡੇ ਲਈ ਔਰ ਮੇਰੀ ਟੀਮ ਦੇ ਲਈ ਇਹ ਤਾਂ ਪਰਮਾਤਮਾ ਵੱਲੋਂ ਜੋ ਸਾਨੂੰ ਮੌਕਾ ਅੱਜ ਮਿਲਿਆ ਹੈ ਕਿ ਅਸੀਂ ਮਨੁੱਖਤਾ ਦੀ ਸੇਵਾ ਲਈ ਰੋਜ਼ਾਨਾ 1500-2000 ਲੋਕਾਂ ਦਾ ਲੰਗਰ ਵਿਤਰਨ ਕਰ ਰਹੇ ਹਾਂ ਤੇ ਸਾਡੇ ਲਈ ਬੜੀ ਖੁਸ਼ਨਸੀਬੀ ਵਾਲੀ ਗੱਲ ਹੈ ਕਿ ਦੁਨੀਆਂ ਦੇ ਵਿੱਚ, ਸੰਸਾਰ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਸਾਨੂੰ ਹੀ ਚੁਣਿਆ ਗਿਆ ਇਸ ਕੰਮ ਲਈ ਪਰਮਾਤਮਾ ਵੱਲੋਂ। ਬਿਲਕੁਲ, ਸਾਡੇ ਲਈ ਇਹ ਬਹੁਤ ਅੱਛੀ ਗੱਲ ਹੈ, ਸਾਡੀ ਟੀਮ ਲਈ ਬਹੁਤ ਅੱਛੀ ਗੱਲ ਹੈ। ਬਿਲਕੁਲ ਸਰ, ਮਤਲਬ ਜਿੱਥੇ ਕਹਿੰਦੇ ਨੇ ਲੋਕੀ ਕਿ ਰੱਬ ਨੂੰ ਲੱਭਣਾ ਔਖਾ ਹੈ, ਤੁਸੀਂ ਇਨਸਾਨੀਅਤ ਦੇ ਵਿੱਚ ਰੱਬ ਲੱਭ ਲਿਆ। ਬਿਲਕੁਲ ਜੀ, ਤੁਸੀਂ ਇੱਕ ਕਹਾਵਤ ਸੁਣੀ ਹੋਏਗੀ, ਐਸ ਵੀ ਕੈਨ ਸੇ ਸਰਵਿੰਗ ਹਿਊਮੈਨਿਟੀ ਇਜ਼ ਵਰਸ਼ਿਪ ਟੂ ਗੋਡ। ਇਹਦਾ ਮਤਲਬ ਮਨੁੱਖਤਾ ਦੀ ਸੇਵਾ ਪਰਮਾਤਮਾ ਦੀ ਸੇਵਾ ਦੇ ਬਰਾਬਰ ਹੈ। ਹਾਂਜੀ ਸਰ। ਤੇ ਸਰ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਹੁਣ ਜਿਵੇਂ ਮੈਨੂੰ ਸੁਣਨ ਦੇ ਵਿੱਚ ਆਇਆ ਤੁਸੀਂ 32 ਦਿਨਾਂ ਤੋਂ ਲੋਕਾਂ ਨੂੰ ਮਤਲਬ ਹੈਲਪ ਕਰ ਰਹੇ ਹੋ, ਪੂਰਾ ਉਹਨਾਂ ਦੀ ਜਿਹੜੀ ਬੇਸਿਕ ਨੀਡ ਹੈ ਫੂਡ, ਰਾਸ਼ਨ ਵਿਤਰਨ ਵਗੈਰਾ, ਉਹਨਾਂ ਦੀ ਮਦਦ ਕਰ ਰਹੇ ਹੋ, ਹੈ ਨਾ? ਤੇ ਸਰ, ਮੈਂ ਪੁੱਛਣਾ ਚਾਹੁੰਦੀ ਹਾਂ ਕਿ ਹੁਣ ਤੁਹਾਨੂੰ ਕਿਵੇਂ ਦਾ ਲੱਗ ਰਿਹਾ, ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਬਹੁਤ ਅੱਛਾ ਹੈ ਜੀ। ਸਾਡਾ ਅਸੀਂ ਤਾਂ ਡੇਲੀ ਦਾ ਸਾਡਾ ਕੰਮ ਹੈ ਜੀ, ਸਵੇਰੇ ਉੱਠੀ ਦਾ 3 ਵਜੇ ਤੱਕ ਸਾਡਾ ਲੰਗਰ ਰੈਡੀ ਹੁੰਦਾ, ਫਿਰ ਅਸੀਂ ਵਰਤਾਨ ਜਾਈਦਾ ਤੇ ਬਹੁਤ ਹੀ ਖੁਸ਼ੀ ਹੁੰਦੀ ਹੈ ਕੰਮ ਕਰਕੇ ਸਾਨੂੰ ਇਹ। ਲੇਕਿਨ ਅਸੀਂ ਇਹਨੂੰ ਸਾਡੀ ਸੋਚ ਇਹ ਕਹਿੰਦੀ ਵੀ ਅਸੀਂ ਇਹਨੂੰ ਕੰਟੀਨਿਊ ਨਾ ਰੱਖੀਏ, ਅਸੀਂ ਕਹਿੰਦੇ ਸਾਡਾ ਲੰਗਰ ਕੱਲ ਹੀ ਬੰਦ ਹੋਵੇ ਕਿ ਇਹ ਜਿਹੜੀ ਮਹਾਂਮਾਰੀ ਕਰੋਨਾ ਦੀ ਫੈਲੀ ਹੋਈ ਹੈ, ਇੱਥੋਂ ਸਾਰੇ ਨਿਜਾਤ ਪਾਣ, ਸਾਰਾ ਸੰਸਾਰ, ਸਾਰਾ ਆਪਣਾ ਦੇਸ਼ ਸਭ ਠੀਕ ਠਾਕ ਹੋ ਜਾਵੇ। ਓਕੇ, ਤੇ ਸਰ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਤੁਸੀਂ ਇਹ ਲੰਗਰ ਸੇਵਾ ਕਰ ਰਹੇ ਹੋ? ਮੈਡਮ, ਅਸੀਂ ਤਕਰੀਬਨ ਸਾਰੇ ਹੀ ਲੁਧਿਆਣਾ ਸ਼ਹਿਰ ਦੇ ਕਾਫੀ ਏਰੀਆਜ਼ ਅਸੀਂ ਕਵਰ ਕਰ ਰਹੇ ਹਾਂ। ਅਸੀਂ ਜਿਵੇਂ ਫੋਕਲ ਪੁਆਇੰਟ ਵੀ ਹੈ ਆਪਣੇ, ਸ਼ਿਮਲਾਪੁਰੀ ਹੈ ਆਪਣੇ, ਨੌਰਥ ਸਾਈਡ ਦੇ ਵਿੱਚ ਕੁਛ ਇਲਾਕੇ, ਕਾਫੀ ਇਲਾਕਿਆਂ ਦੇ ਵਿੱਚ ਸਾਡਾ ਡੇਲੀ ਜਾਂਦਾ ਹੈ ਭੋਜਨ ਸਰ। ਅੱਛਾ, ਤੇ ਸਰ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਕਿ ਇਹ ਤੁਸੀਂ ਸਾਰੇ ਆਪ ਹੀ ਕਰ ਰਹੇ ਹੋ, ਤੁਹਾਡੀ NGO, ਕਿ ਤੁਹਾਨੂੰ ਕਿਤੋਂ ਹੋਰ ਵੀ ਸਪੋਰਟ ਮਿਲ ਰਹੀ ਹੈ ਇਹਦੇ ਵਿੱਚ? ਨਹੀਂ ਮੈਡਮ, ਸਾਨੂੰ ਪ੍ਰਸ਼ਾਸਨ ਦੀ ਆਪਣੇ MCL ਕਮਿਸ਼ਨਰ ਮੈਡਮ KP ਕੌਰ ਬਰਾੜ ਜੀ, DC ਪ੍ਰਦੀਪ ਅਗਰਵਾਲ ਜੀ, CP ਰਾਕੇਸ਼ ਅਗਰਵਾਲ ਜੀ ਦੀ, ਤੇ ਮਤਲਬ ਉਹਨਾਂ ਦੀ ਸਾਨੂੰ ਪੂਰੀ ਸਪੋਰਟ ਹੈ। ਅਸੀਂ ਉਹਨਾਂ ਦੇ ਮਤਲਬ ਕਹਿ ਲਓ ਉਹਨਾਂ ਦੀ ਸਪੋਰਟ ਅੱਜ ਨਾ ਹੁੰਦੀ ਤੇ ਅਸੀਂ ਅੱਜ ਇੰਨੇ ਦਿਨ ਲੰਗਰ ਕੰਟੀਨਿਊ ਨਾ ਰੱਖ ਸਕਦੇ। ਮਤਲਬ ਕਾਫੀ ਲੋਕ ਜੁੜੇ ਹੋਏ ਨੇ ਤੁਹਾਡੇ ਨਾਲ ਜਿਹੜੇ ਇਸ ਨੇਕ ਕਾਰਜ ਦੇ ਵਿੱਚ ਤੁਹਾਡੀ ਮਤਲਬ ਹੈਲਪ ਕਰ ਰਹੇ ਨੇ। ਬਿਲਕੁਲ ਜੀ, ਜਿੱਥੇ ਕੇਂਦਰ ਸਰਕਾਰ ਤੇ ਆਪਣੀ ਪੰਜਾਬ ਸਰਕਾਰਾਂ ਜਿੱਥੇ ਆਪਣੇ ਲੈਵਲ ਤੇ ਪੂਰਾ ਅੱਛਾ ਕੰਮ ਕਰ ਰਹੀਆਂ, ਉਹਦੇ ਨਾਲ ਹੀ ਸਾਰੇ ਲੁਧਿਆਣਾ ਦਾ ਪ੍ਰਸ਼ਾਸਨ ਵੀ ਸਾਡੇ ਨਾਲ ਜੁੜਿਆ। ਓਕੇ, ਤੇ ਸਰ, ਜਿਵੇਂ ਕਿ ਅੱਜ ਮਤਲਬ ਕਾਫੀ ਦਿਨ ਹੋ ਗਏ ਨੇ ਲੋਕਡਾਊਨ ਦੇ ਵਿੱਚ, ਹੈ ਨਾ, ਤੇ ਹੁਣ ਤੁਸੀਂ, ਮੈਂ ਪੁੱਛਣਾ ਚਾਹੁੰਦੀ ਹਾਂ ਕਿ ਇਹ ਨੈਗੇਟਿਵ ਐਨਰਜੀ ਵੀ ਆਈ ਹੈ ਲੋਕਾਂ ਦੇ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ, ਪਰ ਕੁਛ ਨਾ ਕੁਛ ਇੱਥੋਂ ਦੀ ਪੋਜ਼ਿਟਿਵ ਐਸਪੈਕਟ ਤੁਹਾਨੂੰ ਕੀ ਦੇਖਣ ਨੂੰ ਮਿਲਿਆ? ਦੇਖੋ ਜੀ, ਨੈਗੇਟਿਵ ਤਾਂ ਹੈ, ਲੇਕਿਨ ਤੁਸੀਂ ਪੋਜ਼ਿਟਿਵ ਇਹ ਵੀ ਲੈ ਕੇ ਚੱਲੋ ਕਿ ਜਿਹੜਾ ਤੁਸੀਂ ਕਦੀ ਆਪਣੀ ਲਾਈਫ 'ਚ ਸੋਚਿਆ ਵੀ ਨਹੀਂ ਹੋਣਾ ਵੀ ਸਾਨੂੰ ਇੱਕ ਪੂਰਾ ਮਹੀਨਾ ਜਾਂ 2 ਮਹੀਨੇ ਆਪਣੇ ਪਰਿਵਾਰ ਨਾਲ ਬਹਿ ਕੇ ਅਸੀਂ ਗੁਜ਼ਾਰਾਂਗੇ, ਕਦੀ ਸੋਚਿਆ ਵੀ ਨਹੀਂ ਹੋਣਾ ਲਾਈਫ 'ਚ ਤੁਸੀਂ। ਬਿਲਕੁਲ ਬਿਲਕੁਲ। ਤੇ ਜਿੱਥੇ ਚਲੋ ਲੋਕ ਘਰ ਬਹਿ ਕੇ ਮੈਂ ਸਮਝਦਾ ਵੀ ਪਰੇਸ਼ਾਨ ਵੀ ਹੁੰਦੇ ਹੋਊਗੇ, ਲੇਕਿਨ ਇਹਦੇ 'ਚ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਜੇ ਅਸੀਂ ਘਰ ਹੈ ਤੇ ਸੇਫ ਹੈ, ਬਾਹਰ ਜਾਵਾਂਗੇ ਕਿਸੇ ਦੀ ਜ਼ਿੰਦਗੀ ਨਾਲ ਜਾਂ ਆਪਣੀ ਜ਼ਿੰਦਗੀ ਦੇ ਨਾਲ ਆਪਾਂ ਖਿਲਵਾੜ ਕਰ ਸਕਦੇ ਹਾਂ। ਬਿਲਕੁਲ, ਇਹਦੇ ਨਾਲੋਂ ਬੈਟਰ ਹੈ ਸਟੇ ਹੋਮ, ਸਟੇ ਸੇਫ ਐਂਡ ਸਟੇ ਲਾਈਫ। ਓਕੇ, ਤੇ ਮਤਲਬ ਸਰ, ਜਿਹੜਾ ਕਿ ਇੱਕ ਪੋਜ਼ਿਟਿਵ ਚੀਜ਼ ਆ ਦੇਖਣ ਨੂੰ ਮਿਲ ਰਹੀ ਹੈ, ਲੋਕੀ ਘਰ ਦੇ ਵਿੱਚ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰ ਰਹੇ ਨੇ, ਤੇ ਮੈਂ ਅੱਜ ਕੱਲ ਦੇਖ ਰਹੀ ਹਾਂ ਕਿ ਲੋਕੀ ਮਾਸਟਰ ਸ਼ੈੱਫ ਵੀ ਬਣ ਗਏ ਨੇ ਘਰ ਰਹਿ ਕੇ।
अपनी किदा हॉबी जी? मास्टर शेफ भी बन चुके ने, मतलब लोकी जड़े अपनी बिल्कुल कला जी, है जड़ा बिल्कुल हुनर बिल्कुल है। बिल्कुल जी, बिल्कुल बिल्कुल, असी लोग ही बन गए जी। देखो असी, तुसी मेरी कई वीडियोस देखो जिहदे विच असी लंगर सेवा, लंगर तैयार कर रहे हैं। साडी इक साडी लंगर सेवा दे विच सारा शहर कोई चावल बना रहा है, कोई खिचड़ी बना रहा है, लेकिन साडी एनजीओ वालों असी मिस्सी रोटी प्रोवाइड कर रहे हैं लोगों नू। अच्छा जी, और मैं खुद 400 तो 500 चपाती डेली मैं रेडी करदा है। तुसी ये सोचो अच्छा भी मैं खुद खुद इस लाइन च अगे हो गया है, ते सर सब भी तुहानू जो कभी किवें दा सोचा लग नहीं रहा सी है, ये कम मतलब करे। वधिया लग रहा है लोकां दे लई, मतलब जिवें रोटी बना रहे हो तुसीं? बहुत अच्छा लग रहा है जी, बहुत अच्छा लग रहा है, लेकिन मैं इनू कंटिन्यू नहीं करना चाहता। रीजन ये है भी मेरी सोच ये कहती है भी सब सुख शांति हो जाए, सब बिल्कुल अपने बिल्कुल अपने सर, लोग अपने काम कारा च लगन, ते अपने घर चो ही अपनी कमाई नाल अच्छा खान, ये कहना है। बिल्कुल सर। ते तो तुसी अपने विच कुछ नवा डेवलप किता है इन्हां दिनां दे विच, कुछ नवी सोच बिल्कुल उजागर जी, हुई है? बिल्कुल बिल्कुल जी, इस मेरी नहीं पूरी दुनिया के लोगों की, इस लॉकडाउन तो बाद बहुत सारे लोगों की सोच से फर्क पड़ेगा ही पड़ेगा, और अच्छे अच्छा होएगा, नेगेटिविटी नहीं होएगी, सब पॉजिटिविटी ही होएगी। ओके ते सर तुसी लोकां नू कोई मैसेज देना चाहंदे हो इस मुश्किल टाइम दे विच? बस जी, मैं तो यही कहना चाहूंगा भी सब अपने घर च रहो, इंजॉय करो जिन्ने दिन होर, अपना 17 मई तक अपना लॉकडाउन वध्या है, इनको प्रशासन का साथ दो, सरकार का साथ दो। आपा हर गल ते सरकारा नू नहीं ब्लेम कर सकते, कुछ अपने लोगों के भी फर्ज होंगे है भी आपा सरकार का साथ दईए, वध तो वध आपा इस महामारी तो बच सकीए, बिल्कुल मैं सर, ही धन्यवाद कहना चाहूंगा। सर तुहाडा साडे नाल जुड़न दे लई। चलो ठीक है जी, थैंक यू जी, वेलकम सर, ओके। ओके ओके। वॉच डेली हितेशी वॉइस ऑफ नेशन।